ਜੇ ਅੱਖਾਂ ਦਿੱਤੀਆਂ ਨਿਕਲੀਆਂ ਅੱਖਾਂ ਨਹੀਂ ਦਿੱਤੀਆਂ ਇਹਨਾਂ ਅੱਖਾਂ ਵਿੱਚ ਵੇਖਣ ਦੀ ਵੀ ਜੋਤ ਬਖਸ਼ ਕਦੇ ਉਹਨਾਂ ਨੂੰ ਪੁੱਛੀਏ ਜਿਨ੍ਹਾਂ ਨੂੰ ਅੱਖਾਂ ਦਿੱਤੀਆਂ ਵੇਖਣ ਦੀ ਜੋਤ ਨਹੀਂ ਬਖਸ਼ ਉਹਨਾਂ ਨੂੰ ਪੁੱਛੀਏ ਇਹਨਾਂ ਅੱਖਾਂ ਦੀ ਕਿੰਨੀ ਕੁ ਕੀਮਤ ਹੋਈ ਮਾਲਕ ਨੇ ਕੰਨ ਬਖਸ਼ੇ ਸੁਣਨ ਦੀ ਸ਼ਕਤੀ ਬਖਸ਼ੀ ਜੇ ਦਿਮਾਗ ਦਿੱਤਾ ਕੱਲਾ ਦਿਮਾਗ ਨਹੀਂ ਦਿੱਤਾ ਦਿਮਾਗ ਵਿੱਚ ਸੋਚਣ ਦੀ ਵੀ ਸ਼ਕਤੀ ਮਾਲਕ ਨੇ ਬਖਸ਼ੀ ਕਦੇ ਕੱਲਾ ਪਿਆ ਕੇ ਵਿਚਾਰ ਕਰੇ ਮੈਂ ਮਾਲਕ ਦਾ ਦੇਣਾ ਦੇ ਸਕਦਾ ਮੈਂ ਮਾਲਕ ਦਾ ਧੰਨਵਾਦ ਕਰ ਸਕਦਾ ਸੌ ਜਨਮ ਵੀ ਧਾਰਨ ਕਰ ਲਵੇ ਇਹ ਮਨੁੱਖ ਨੂੰ ਮਾਲਕ ਦਾ ਦੇਣਾ ਦੇ ਨਹੀਂ ਸਕਦਾ ਸਾਹਿਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਸ਼ਬਦ ਵਿੱਚ ਇਹੋ ਹੀ ਬਚਨ ਚਾਹੀਦੇ ਨੇ ਸੋ ਕਿਉਂ ਵਿਸਰੈ ਮੇਰੀ ਮਾਈ ਮੇਰੇ ਪਿਤਾ ਕਿਉਂ ਨਰਾਰਾ ਬੇਟਾ ਤੂੰ ਕੰਮ ਕਾਰ ਕੋਈ ਨਹੀਂ ਕਰ ਕਰ ਜੇ ਤੇਰੇ ਪਿਤਾ ਨੇ ਰੁਪਏ ਵੀ ਦਿੱਤੇ ਤੂੰ ਭੁੱਖੇ ਸਾਧੂ ਨੂੰ ਸ਼ਿਕਾਰ ਬੇਟਾ ਕੰਮ ਨਹੀਂ ਕਰੇਗਾ ਪਿਤਾ ਨਾਰਾਜ਼ ਹੀ ਹੋਵੇਗਾ ਮਾਂ ਮੇਰੇ ਪਿਤਾ ਕਿਵੇਂ ਖੁਸ਼ ਹੋ ਸਕਦੇ ਮੇਰੀ ਮਾਂ ਕਿਵੇਂ ਖੁਸ਼ ਹੋ ਸਕਦੀ ਹੈ ਮੇਰਾ ਬਾਪ ਕਿਵੇਂ ਖੁਸ਼ ਹੋ ਸਕਦਾ ਬੇਟਾ ਜੇ ਤੂੰ ਕੰਮ ਕਾਰ ਕਰੇ ਤੇਰੇ ਪਿਤਾ ਤੇਰੇ ਖੁਸ਼ ਜੇ ਤੂੰ ਕਹਿੰਦੀ ਏ ਮੈਂ ਅੱਜ ਤੋਂ ਬਾਅਦ ਕੰਮ ਕਰਾਂ ਮਾਂ ਕਹਿਣ ਲੱਗੀ ਬੇਟਾ ਕੰਮ ਤੇ ਤਾਂ ਕਰ ਸਕਦਾ ਅੱਜ ਆਖਣਾ ਛੱਡ ਕੇ ਮੈਂ ਦਿਨ ਰਾਤ ਕਹਿੰਦਾ ਰਹਿਣਾ ਕਦੇ ਉਹ ਜਾ ਬੈਠਾ ਉੱਥੇ ਨਾਮ ਜਪਣ ਲੱਗ ਜਾਂਦਾ ਕਦੇ ਮੜੀਆਂ ਵਿੱਚ ਜਾ ਬੈਠਾ ਉੱਥੇ ਨਾਮ ਜਪਣ ਲੱਗ ਜਾਂਦਾ ਇਹ ਆਖਣਾ ਛੱਡ ਦੇਵੇਗਾ ਫਿਰ ਕੰਮ ਕਾਰ ਕਰੇ ਠੀਕ ਹੈ ਮਾਂ ਜੇ ਤੂੰ ਕਹਿੰਦੀ ਮੈਂ ਆਖਣਾ ਛੱਡ ਦੇਵੇਗਾ ਮਾਂ ਜੀ ਬੜੇ ਖੁਸ਼ ਹੋਏ ਅੱਜ ਨਾਨਕ ਨੇ ਮੇਰੀ ਗੱਲ ਮੰਨ ਲਈ ਦੁਪਹਿਰ ਦਾ ਵਕਤ ਹੋਇਆ ਤੇ ਅੱਜ ਫਿਰ ਮਾਂ ਨੇ ਗਲਵਲਗੜੀ ਵਿੱਚ ਲੈ ਲਿਆ ਪੁੱਤਰ ਸੱਚ ਕਹਿ ਰਿਹਾ ਹੈ ਤੇਰੇ ਪਿਤਾ ਨੇ ਰਾਤ ਆਉਣਾ ਹੈ ਮੈਂ ਕਹਿਣਾ ਨਾਨਕ ਨੇ ਮੇਰੀ ਗੱਲ ਮੰਨ ਲਈ ਏ ਹੁਣ ਆਖਣਾ ਛੱਡ ਦੇਵੇਗਾ ਹੁਣ ਕੰਮ ਕਾਰ ਕਰੇਗਾ ਮਾਂ ਮੈਂ ਸੱਚ ਕਹਿ ਰਿਹਾ ਹੈ ਹੁਣ ਆਖਣਾ ਛੱਡ ਦੇਵਾਂਗਾ ਕੰਮ ਕਾਰ ਸ਼ਾਮ ਪਈ ਮਾਂ ਫਿਰ ਗੱਲ ਉਹ ਪੁੱਤਰ ਮੈਂ ਤੇਰੇ ਤੋਂ ਸਦਕੇ ਜਾਵਾਂ ਵਾਰੀ ਜਾਵਾਂ ਅੱਜ ਤੂੰ ਮੇਰੀ ਗੱਲ ਮੰਨ ਲਈ ਏ ਬੇਟਾ ਸੱਚ ਕਹਿ ਰਿਹਾ ਤੇਰੇ ਪਿਤਾ ਨੇ ਰਾਤ ਘਰ ਆਉਣਾ ਮੈਂ ਕਹਿਣਾ ਨਾਨਕ ਨੇ ਗੱਲ ਮੰਨ ਲਈ ਏ ਹੁਣ ਕੰਮ ਕਾਰ ਕਰਿਆ ਇਹ ਆਖਰਾ ਛੱਡ ਦੇਵੇਗਾ ਸਹਿਬ ਕਹਿਣ ਲੱਗੇ ਮਾਂ ਜਦ ਸੰਸਾਰ ਵਿੱਚ ਰਹਿਣਾ ਹੀ ਨਹੀਂ ਤੇ ਕਹਿਣਾ ਕਦੋਂ ਜੇ ਰਵਾਂਗਾ ਤੇ ਕਵਾਂਗਾ ਮਾਂ ਰਹਿਣਾ ਕੋਈ ਨਹੀਂ ਕਹਿਣਾ ਕਦੋਂ ਕਹਿਣਾ ਤਾਂ ਆਪੇ ਛੱਡ ਦਿੰਦਾ ਰਵਾਂਗਾ ਤੇ ਕਵਾਂਗਾ ਮਾਂ ਦੇ ਪੈਰਾਂ ਤੋਂ ਮਿੱਟੀ ਨਿਕਲ ਸਰੀਰ ਕੰਬ ਗਿਆ ਮਾਂ ਪੁੱਤਰ ਇਹ ਕੀ ਕਹਿ ਰਹੇ ਤੇਰੇ ਤੋਂ ਬਗੈਰ ਤਾਂ ਮੈਂ ਇੱਥੇ ਪਲ ਨਹੀਂ ਰਹਿ ਸਕਦੀ ਤੂੰ ਕਹਿੰਦੇ ਜੇ ਕਮਾਂਗਾ ਤੇ ਰਵਾਂਗਾ ਜਦ ਕਹਿਣਾ ਹੀ ਨਹੀਂ ਤੇ ਰਹਿਣਾ ਹੀ ਨਹੀਂ ਮਾਂ ਸੱਚ ਕਹਿ ਰਹੇ ਜੇ ਮੈਂ ਆਖ ਰਿਹਾ ਤੇ ਮੈਂ ਜਿਉਂ ਰਿਹਾ ਆਖਾਂ ਜੀਵਾਂ ਵਿਸਰੇ ਮਰ ਮਾਂ ਜਿਸ ਦਿਨ ਆਖਣਾ ਛੱਡ ਦੇਵਾਂਗਾ ਮੈਂ ਮਰ ਜਾਵਾਂਗਾ ਮੈਂ ਨਾਮ ਤੋਂ ਬਗੈਰ ਰਹਿ ਨਹੀਂ ਸਕਦਾ ਜਿਵੇਂ ਮਾਂ
ਮੇਰੇ ਤੋਂ ਬਗੈਰ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਮਾਂ ਮੈਂ ਨਾਮ ਤੋਂ ਬਗੈਰ ਨਹੀਂ ਰਹਿ ਸਕਦਾ ਮਾਂ ਨੇ ਲਿਆ ਕਹਿਣ ਲੱਗੀ ਪੁੱਤਰ ਮੇਰੇ ਅੱਖਾਂ ਦੇ ਸਾਹਮਣੇ ਰਹਿ ਜੋ ਮਰਜ਼ੀ ਕਰ ਤੇ ਫਿਰ ਕਹਿਣ ਲੱਗੇ ਫਿਰ ਮਾਂ ਸੁਣ ਜੇ ਤੇਰੇ ਅੱਖਾਂ ਦੇ ਸਾਹਮਣੇ ਰਵਾਂਗਾ ਕਵਾਂਗਾ ਜਿੰਨਾ ਚਿਰ ਕਵਾਂਗਾ ਉਹਨਾਂ ਚਿਰ ਕਿਉਂਗਾ ਰਵਾਂਗਾ ਸਾਹਿਬਾਂ ਨੇ ਫਿਰ ਸ਼ਬਦ ਉਚਾਰਿਆ ਸੋ ਕਿਉਂ ਵਿਸਰੈ ਮੇਰੀ ਮਾਏ ਮੇਰੀ Thank you.
सब इको शब्द वरदा जो करे सो होई वडियाई गुरमुख दे प्रभ हर पावे सोई गुरमुख नानक राधिया सब आको तन 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 आज तन कहने वास्ते जुड़े हां सहज गुरु नानक देव पाछा जिन्ना ने भी तन कह कह
संसार दे आवागमन दे चक्कर तो रह रहे हो, जन्म मरण दे चक्कर तो रह रहे हो, जिन्ना एक बार नहीं तन कह देता, जिन्नी तुद्र नु तन कहा तिन जम नेड़े ना, उन्ना दे नेड़े दुख तकी, उन्ना दे नेड़े जम भी आदियां पादियां भी नेड़े नहीं होंगे, जिन्ना ने सह तन गुरु नानक देव पातशाह तन कहा, आओ जिथे सिद्धां दे तन कहा, सिद्ध बोलन शुभ बचन तन नानक तेरी वड्डी कृपा, सिद्धां ने तन कहा, जिहड़े करामात दिखाउण वाले होमे दा जीवन जीउण वाले हंकार दे विच कदे आकाशां विच उडारियां लैंदे, कदे तारे तोड़ लैंदे, कदे कोई खेड करदे, इहो जे सिद्ध जिन्हां ने बाबे नानक सिर झुका दित्ता ते कह दित्ता तन नानक तेरी वड्डी कमाई, शाम दे दीवान विच इस शब्द दी रमता करांगे, समा हो रहा है वधाइयां दा शब्द आओ पढ़ लईए, फिर कीर्तन दी समाप्ति कोई रसना वांझी ना रहे, आओ तीन चार मिनट में ते वधाइयां वंड लईए, गुरसिखा मन वधाइयां दिन मेरा सतगुर डिठा, वधाइयां 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 I'm
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।